ਬਿਸਮਿਲ੍ਲਾ ਦੀ ਬਰਕਤ। ਅੱਜ ਮੈਂ ਬਣਾਵਾਂਗੀ ਚਿਕਨ ਪੋਟਾ ਮਸਾਲਾ। ਪੋਟਾ ਮਸਾਲਾ ਬਣਾਉਣ ਵਾਸਤੇ ਸਾਨੂੰ ਅੱਧਾ ਕਿਲੋ ਚਿਕਨ ਦੇ ਪੋਟੇ ਚਾਹੀਦੇ ਨੇ। ਇਹਨੂੰ ਮੈਂ ਉਬਾਲ ਲਿੱਤਾ। ਅੱਧਾ ਪਾਓ ਦਹੀਂ ਚਾਹੀਦਾ, 2 ਚਮਚ ਅਦਰਕ ਲਸਣ ਦਾ ਪੇਸਟ ਚਾਹੀਦਾ, ਟੀਬੀ ਵਾਲੀ ਤੇਲ, 2 ਚਮਚ ਹਰਾ ਧਨੀਆ ਪਾਵਾਂਗੀ, 1 ਪਿਆਜ਼ ਪਾਵਾਂਗੀ, 2 ਮਿਰਚਾਂ ਪਾਵਾਂਗੀ, ਪੀਸਾ ਧਨੀਆ ਅੱਧਾ ਚਮਚ ਪਾਵਾਂਗੀ, ਨਮਕ ਅੱਧਾ ਚਮਚ ਪਾਵਾਂਗੀ, ਸੁਰਖ ਪੀਸੀ ਮਿਰਚ 1 ਚਮਚ ਪਾਵਾਂਗੀ, ਹਲਦੀ ਅੱਧਾ ਚਮਚ ਪਾਵਾਂਗੀ। ਚਲੋ ਫਿਰ ਬਣਾ ਲਈਏ। ਇਹ ਮੈਂ ਅੱਗੋਂ ਤੇ ਰੱਖਤੀ, ਹੁਣ ਮੈਂ ਪਾ ਦਾਂਗੀ ਤੇਲ। ਬਿਸਮਿਲ੍ਲਾ। ਪਿਆਜ਼ ਹਲਕਾ ਗੁਲਾਬੀ ਹੋ ਗਿਆ, ਹੁਣ ਅਦਰਕ ਲਸਣ ਦੀ ਪੇਸਟ ਪਾ ਦਾਂਗੀ। ਲਸਣ ਦੀ ਖੁਸ਼ਬੂ ਆ ਗਈ, ਹੁਣ ਚਿਕਨ ਪੋਟਾ ਪਾ ਦਾਂਗੀ ਉਬਲਿਆ ਹੋਇਆ। ਸਾਬਤ ਹਰੀਆਂ ਮਿਰਚਾਂ ਪਾ ਦਾਂਗੀ। ਚਿਕਨ ਪੋਟਾ ਅੱਛੀ ਤਰ੍ਹਾਂ ਫਰਾਈ ਹੋ ਗਿਆ, ਹੁਣ 2 ਚਮਚ ਮੈਂ ਪਾਣੀ ਪਾ ਦਾਂਗੀ। ਮੈਂ ਦਹੀਂ ਪਾ ਦਾਂਗੀ, ਫਿਰ ਮਸਾਲੇ ਪਾ ਦਾਂਗੀ। ਮਸਾਲੇ ਮੈਂ ਮਿਕਸ ਕਰਤੇ ਨੇ ਚਿਕਨ ਪੋਟੇ 'ਚ, ਹੁਣ ਮੈਂ 10 ਮਿੰਟ ਅਸੀਂ ਇਹਨੂੰ ਦਮ 'ਚ ਰੱਖ ਦਾਂਗੀ। ਬਿਸਮਿਲ੍ਲਾ। ਚਿਕਨ ਪੋਟਾ ਮਸਾਲਾ ਤਿਆਰ ਹੋ ਗਿਆ ਮਾਸ਼ਾਅੱਲਾ। ਹੁਣ ਮੈਂ ਪਾ ਦਾਂਗੀ ਹਰਾ ਧਨੀਆ, ਫਿਰ ਤੁਸੀਂ ਸਬਸਕ੍ਰਾਈਬ ਕਰੋ, ਮੈਂ ਤੁਹਾਨੂੰ ਡਿਸ਼ ਆਊਟ ਕਰਕੇ ਦਿਖਾਂਗੀ। ਬੇਟਾ ਜੀ, ਚਿਕਨ ਪੋਟਾ ਮਸਾਲਾ ਮੈਂ ਡਿਸ਼ ਆਊਟ ਕਰਤਾ, ਤੁਸੀਂ ਵੀ ਇਸ ਤਰ੍ਹਾਂ ਬਣਾਉਣਾ। ਦੁਆਵਾਂ 'ਚ ਯਾਦ ਰੱਖਣਾ। ਅੱਲਾ ਹਾਫਿਜ਼।